ਤੋ ਵੱਡੀ ਖਬਰ ਸਾਫ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਨਾਲ ਜੁੜੀ ਹੋਈ ਹੈ। ਅਧਿਕਾਰੀ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਮਨਪ੍ਰੀਤ ਬਾਦਲ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ। ਜਿਨ੍ਹਾਂ ਦਾਸੀ ਹੈ ਕਿ ਬਠਿੰਡਾ ਦੇ ਵਿੱਚ ਉਹਨਾਂ ਦੇ ਘਰ 24 ਸਤੰਬਰ ਨੂੰ ਵਿਜਲੈਂਸ ਬਿਊਰੋ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤੇ ਆਪੀਸੀ ਦੀ ਤਹਿਤ ਧੋਖਾਧੜੀ ਜਾਲਸਾ ਜੀ ਅਤੇ ਪ੍ਰਚਾਰ ਰੋਕੂ ਕਾਨੂੰਨ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਲਗਾਤਾਰ ਹੀ ਵਿਜਲੈਂਸ ਦੇ ਵੱਲੋਂ ਮਨਪ੍ਰਿਤ ਬਾਦਲ ਦੇ ਖਿਲਾਫ ਮਾਮਲੇ ਦਰਜ ਕੀਤੇ ਜਾ ਰਹੇ ਸੀ ਤੇ nali ਦੱਸਦੀ ਹੈ ਕਿ ਮਨਪ੍ਰਿਤ ਬਾਦਲ ਦੇ ਪੋਸਟਰ ਜਿਹੜੇ ਨੇ ਉਹ ਵੀ ਲਗਵਾ ਦਿੱਤੇ ਗਏ ਸੀ ਲੁਕਆਊਟ ਨੋਟਿਸ ਤੱਕ ਜਾਰੀ ਕਰ ਦਿੱਤਾ ਗਿਆ ਸੀ ਕਿਉਂਕਿ ਬਾਰ-ਬਾਰ ਮਨਪ੍ਰਿਤ ਬਾਦਲ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ ਪ੍ਰਿਸ਼ਟਚਾਰੀ ਦੇ ਮਾਮਲੇ ਨੂੰ ਲੈ ਕੇ ਇਹ ਜਿਹੜੀ ਕਾਰਵਾਈ ਹਾਈ ਕੋਰਟ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਹੁਣ ਦੱਸਦੀ ਹੈ ਕਿ ਮਨਪ੍ਰੀਤ ਬਾਦਲ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਿਸ਼ਟਚਾਰੀ ਦੇ ਇੱਕ ਮਾਮਲੇ ਦੇ ਵਿੱਚ ਪੰਜਾਬ ਦੇ ਸਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਅੰਤਰੀਮ ਜ਼ਮਾਨਤ ਦੇ ਹੁਕਮ ਨੂੰ 15 ਫਰਵਰੀ ਤੱਕ ਵਧਾ ਦਿੱਤਾ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਤਿੰਨ ਵੱਖ-ਵੱਖ ਮਾਮਲਿਆਂ ਉੱਤੇ ਜਵਾਬ ਜਿਹੜੇ ਨੇ ਉਹ ਦਾਖਲ ਕੀਤੇ ਨੇ ਇਸ ਉੱਤੇ ਬਾਦਲ ਦੇ ਵਕੀਲ ਨੇ ਬਹਿਸ ਕਰਨ ਦੇ ਲਈ ਕੁਝ ਸਮਾਂ ਵੀ ਮੰਗਿਆ ਸੀ ਜਿਸ ਉੱਤੇ ਅਦਾਲਤ ਨੇ ਅੰਤਰੀਮ ਰਾਹਤ ਦੇ ਹੁਕਮ ਜਾਰੀ ਕਰ ਦਿਆ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਬਾਦਲ ਖਿਲਾਫ 24 ਸਤੰਬਰ ਨੂੰ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿੱਚ ਆਪੀਸੀ ਦੀ ਧਾਰਾ ਦਿੱਤਾ ਹੈ ਧੋਖਾਧੜੀ ਜਲਚਾਲ ਸੀ ਅਤੇ ਵ੍ਰਿਸ਼ਟਾਚਾਰੂ ਰੋਕੂ ਕਾਨੂੰਨ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਹਾਈ ਕੋਰਟ ਦੇ ਜਸਟਿਸ ਵਿੱਕੀ ਵਿਕਾਸ ਬਹਿਲ ਨੇ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਦਾਇਰ ਅਗਾਊ ਜਮਾਨਤ ਪਟੀਸ਼ਨ ਉੱਤੇ ਸੁਣਵਾਈ ਕਰਦਿਆ ਇਹ ਹੁਕਮ ਦਿੱਤੇ ਨੇ ਬਠਿੰਡਾ ਦੀ ਸਥਾਨਕ ਅਦਾਲਤ ਦੇ ਵੱਲੋਂ ਅਗਾਊ ਜਮਾਨਤ ਦੀ ਅਰਜੀ ਖਾਰਜ ਕੀਤੇ ਜਾਣ ਤੋਂ ਬਾਅਦ ਸੀਨੀਅਰ ਅਗੋ ਨੇ ਅਦਾਲਤ ਤੱਕ ਪਹੁੰਚ ਕੀਤੀ ਸੀ ਤਾਂ ਵੱਡੀ ਖਬਰ ਹੈ ਕਿ ਮਨਪ੍ਰੀਤ ਬਾਦਲ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਾਈ ਕੋਰਟ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਉਹਨਾਂ ਦਾ ਮਾਮਲਾ ਦਰਜ ਸੀ ਪ੍ਰਸ਼ਨ ਚਾਰੀ ਦਾ ਮਾਮਲਾ ਸੀ ਬੀਤੇ ਕੁਝ ਸਮੇਂ ਪਹਿਲਾਂ ਲੁਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਸੀ ਮਨਪ੍ਰਿਤ ਬਾਦਲ ਦੇ ਤਹਿਤ ਤਾਂ-ਤਾਂ ਤੇ ਪੋਸਟਰ ਲਗਵਾ ਦਿੱਤੇ ਗਏ ਸਨ ਭਗੋੜਾ ਤੱਕ ਕੁਰਸ਼ਿਤ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਹਤ ਮਨਪ੍ਰਿਤ ਬਾਦਲ ਨੂੰ ਦਿੱਤੀ ਹੈ ਤੇ ਉੱਥੇ ਹੀ ਕੋਰਟ ਦੇ ਵਿੱਚ ਜਦੋਂ ਬਹਿਸ ਦਾ ਸਮਾਂ ਸੀ ਵਕੀਲ ਦੇ ਵੱਲੋਂ ਮੰਗਿਆ ਗਿਆ ਸੀ ਤੇ ਜਿਸ ਉੱਤੇ ਅਦਾਲਤ ਨੇ ਅੰਤ੍ਰਿਮ ਰਾਹਤ ਦੇ ਹੁਕਮ ਜਾਰੀ ਕਰ ਦਿੱਤੇ ਨੇ ਇੱਕ ਕੇਸ ਤੇ ਸੁਣਵਾਈ ਮੋਲਤਵੀ ਕਰ ਦਿੱਤੀ ਹੈ ਬਾਦਲ ਨੇ ਖਿਲਾਫ ਜਿਹੜਾ ਹੈ 24 ਸਤੰਬਰ ਨੂੰ ਉਹਨਾਂ ਦੇ ਜਿਹੜਾ ਬਠਿੰਡਾ ਦੇ ਸਥਾਨਕ ਉੱਥੇ ਕਾਰ ਦੇ ਵਿੱਚ ਛਾਪੇਮਾਰੀ ਮਾਰੀ ਗਈ ਸੀ ਝਾਲਸੀ ਧੋਖਾਧੜੀ ਭ੍ਰਸ਼ਟਾਚਾਰ ਰੋਕੂ ਕਾਨੂੰਨ ਅਤੇ ਆਈਟੀਸੀ ਐਕਟ ਦੇ ਧਾਰਾਵਾਂ ਦੇ ਤਹਿਤ ਮਾਮਲਾ ਸੀ ਇਹ ਇੱਕ ਪਲਾਟ ਨੂੰ ਲੈ ਕੇ ਮਾਮਲਾ ਦਰਜ ਹੋਇਆ ਸੀ ਜਿਸ ਦੇ ਵਿੱਚ ਇੱਕ ਵਪਾਰਕ ਜਿਹੜਾ ਫਲੈਟ ਨੂੰ ਉਹਨੂੰ ਰਿਹਾਇਸ਼ ਫਲੈਟ ਦਿਖਾ ਕੇ ਵੇਚਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਤੇ ਜਿਸ ਨੂੰ ਲੈ ਕੇ ਮੰਤਰੀ ਬਾਦਲ ਦੇ ਬਠਿੰਡਾ ਰਿਹائش ਦੇ ਉੱਪਰ ਵੀ ਛਾਪੇਮਾਰੀ ਕੀਤੀ ਗਈ ਸੀ ਉਹਨਾਂ ਦੇ ਪਿੰਡ ਜਿਹੜਾ ਘਰ ਸੀ ਉੱਥੇ ਵੀ ਲਗਾਤਾਰ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਉਸ ਤੋਂ ਬਾਅਦ ਲੁਕਆਊਟ ਨੋਟਿਸ ਜਿਹੜਾ ਹੈ ਉਹ ਮਨਪ੍ਰਿਤ ਬਾਦਲ ਦੇ ਖਿਲਾਫ ਵੀ ਜਿਹੜਾ ਹੈ ਚੱਲਿਆ ਸੀ ਤੇ ਉਸ ਨੂੰ ਲੈ ਕੇ ਹੁਣ ਪੂਰਾ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਰਾਹਤ 15 ਫਰਵਰੀ ਤੱਕ ਮਿਲੀ ਹੈ ਵਾਦਾ ਦਿੱਤੀ ਹੈ ਹਾਈ ਕੋਰਟ ਨੇ ਜਿਹੜੀ ਅੰਤਰੀਮ ਜ਼ਮਾਨਤ ਹੈ ਤੇ ਉਸ ਨੂੰ ਲੈ ਕੇ ਹੁਣ ਜਿਹੜਾ ਹੈ ਸਰਕਾਰ ਨੇ ਜਵਾਬ ਦਾਇਰ ਕੀਤਾ ਹੈ ਤਾਂ ਦੱਸਦੀ ਹੈ ਵੱਡੀ ਖਬਰ ਹੈ ਲਗਾਤਾਰ ਹੀ ਪ੍ਰਸ਼ਾਸਨਚਾਰੀ ਦੇ ਮਾਮਲੇ ਦੇ ਵਿੱਚ ਮੰਨਪ੍ਰਿਤ ਬਾਦਲ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਲਗਾਤਾਰ ਹੀ ਛਾਪੇ ਮਾਰੀਆਂ ਉਹਨਾਂ ਦੇ ਜਿਹੜੇ ਸਥਾਨਕ ਘਰ ਹੈ ਉੱਥੇ ਬਚਦੀਆਂ ਹੋਈਆਂ ਨਜ਼ਰ ਆਈਆਂ ਲਗਾਤਾਰ ਵਿਜੀਲੈਂਸ ਦੇ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਸੀ ਲੋਕਆਊਟ ਨੋਟਿਸ ਕੱਢੇ ਜਾ ਰਹੇ ਸੀ ਬਠਿੰਡਾ ਦੇ ਬਾਜ਼ਾਰ ਦੇ ਵਿੱਚ ਜਿਹੜਾ ਇੱਕ ਵਪਾਰਕ ਪਲਾਟ ਸੀ ਉਸ ਨੂੰ ਵੇਚਣ ਨੂੰ ਲੈ ਕੇ ਸੀ ਉਸ ਨੂੰ ਰਹਾਇ ਇਸ ਪਲਾਟ ਦੱਸ ਕੇ ਵੇਚਿਆ ਜਾ ਰਿਹਾ ਸੀ ਤੇ ਉਸ ਨੂੰ ਲੈ ਕੇ ਪ੍ਰਿਸ਼ਟਾਚਾਈ ਦਾ ਮਾਮਲਾ ਦਰਜ ਕੀਤਾ ਗਿਆ ਸੀ ਇਸ ਨਾਲ ਹੀ ਦੱਸਦੀ ਹੈ ਕਿ ਵਿਜੀਲੈਂਸ ਬਿਊਰੋ ਨੇ ਹਸਾਪ ਦਾ ਵਿਧਾਇਕ ਸਰੂਪ ਚੰਦ ਸਿੰਘਲਾ ਦੀ ਸ਼ਿਕਾਇਤ ਉੱਤੇ ਇਹ ਮਾਮਲਾ ਦਰਜ ਕੀਤਾ ਸੀ ਜਿਸ ਦੇ ਵਿੱਚ ਪਠਿੰਡਾ ਦੇ ਮੁੱਖ ਸਥਾਨ ਉੱਤੇ ਜਾਇਦਾਦ ਦੀ ਖਰੀਦ ਦੇ ਬੇਨਿਯਮਾ ਦਾ ਦੋਸ਼ ਲਗਾਇਆ ਸੀ ਸੁਨਾਲੀ ਮੰਤਰਿਤ ਬਾਦਲ ਦੇ ਵੱਲੋਂ ਲਗਾਤਾਰ ਹੀ ਮੌਜੂਦਾ ਸਰਕਾਰ ਦੇ ਖਿਲਾਫ ਬੋਲਿਆ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਜਿਹੜੀ ਮੌਜੂਦਾ ਸਰਕਾਰ ਹੈ ਜੇਲ੍ਹ ਦੇ ਵਿੱਚ ਡੱਕਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਇਸ ਕਾਰਨ ਮੇਰੇ ਵਿਰੁੱਧ ਬਦਲਾਖੋਰੀ ਘੜੀ ਕੱਢ ਰਹੀ ਹੈ ਤੇ ਮੇਰੀਆਂ ਪਰੇਸ਼ਾਨੀਆਂ ਵਧਾ ਰਹੀਆਂ ਤੇ ਜਨਤਕ અપਾਪਮਾਨ ਨੂੰ ਏਜੰਡੇ ਦੇ ਸਿਖਰਾਂ ਉੱਤੇ ਲੈ ਜਾ ਰਹੀ ਹੈ ਇਹ ਮੰਤਰਿਤ ਬਾਦਲ ਦੇ ਵੱਲੋਂ ਕਿਹਾ ਜਾ ਰਿਹਾ ਪਟੀਸ਼ਨਕਰਤਾ ਦੇ ਖਿਲਾਫ ਐਫ ਆਈ ਆਰ ਸੱਤਾ ਦੀ ਦੁਰਵਰਤੋਂ ਹੈ ਅਤੇ ਮੁੱਖ ਮੰਤਰੀ ਦੇ ਹੁਕਮਾਂ ਉੱਤੇ ਕੀਤਾ ਕੀਤੀ ਗਈ ਹੈ ਪਟੀਸ਼ਨਰ ਪਟੀਸ਼ਨਰ ਨੇ ਕਿਹਾ ਹੈ ਕਿ ਰਾਜ ਦੀਆਂ ਏਜੰਸੀਆਂ ਨੂੰ ਸੁਤੰਤਰ ਤੌਰ ਉੱਤੇ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਬਜਾਏ ਉਹਨਾਂ ਨੂੰ ਨਿੱਜੀ ਉਦੇਸ਼ਾਂ ਦੇ ਲਈ ਕੰਮ ਕਰਨ ਦੇ ਲਈ ਬਣਾਇਆ ਜਾ ਰਿਹਾ ਪਟੀਸ਼ਨ ਕਰਤਾ ਨੇ ਆਪਣੇ ਆਪ ਨੂੰ ਬੇਕਸੂਰ ਅਤੇ ਬਦਲਖੋਰੀ ਦੀ ਰਾਜਨੀਤੀ ਦਰਸ਼ਕਾਰ ਦੱਸਿਆ ਹੈ ਬਦਲਖੋਰੀ ਦੀਸ਼ ਜੋ ਕਹਿ ਲਿਆ ਮਨਪ੍ਰੀਤ ਬਾਦਲ ਦੇ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਬਦਲਖੋਰੀ ਸਰਕਾਰ ਦੇ ਵੱਲੋਂ ਕੱਢੀ ਜਾ ਰਹੀ ਹੈ ਇਸ ਦਿਨਾਰੀ ਤੁਹਾਨੂੰ ਦੱਸਦੀ ਹੈ ਕਿ ਮਨਪ੍ਰੀਤ ਬਾਦਲ ਦੇ ਵਿਰੁੱਧ ਐਫ ਆਈ ਆਈ ਦੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਹਨਾਂ ਨੇ ਆਪਣੇ ਅਹੁਦੇ ਅਤੇ ਤਾਕਤ ਦੀ ਵਰਤੋਂ ਕਰਕੇ ਬਠਿੰਡਾ ਵਿਕਾਸ ਅਥਾਰਟੀ ਨੂੰ ਪ੍ਰਭਾਵਿਤ ਕੀਤਾ ਹੈ ਸਾਲ 21 ਦੇ ਵਿੱਚ ਘੱਟ ਰੇਟ ਉੱਤੇ ਪਲਾਟ ਨਿਲਾਮੀ ਲਈ ਰੱਖੇ ਗਏ ਸਨ ਤੇ ਸਾਈਟ پلان ਅਪਲੋਡ ਨਹੀਂ ਕੀਤਾ ਗਿਆ ਸੀ ਜਿਸ ਕਰਕੇ ਜਨਤਾ ਨੂੰ ਨਿਲਾਮੀ ਦੀ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਤੋਂ ਰੋਕਿਆ ਗਿਆ ਪਟੀਸ਼ਨਰ ਦੁਆਰਾ ਪਰੋਸੇਬੰਦ ਲੋਕਾਂ ਨੂੰ ਸਾਈਟ ਦੇ ਵੇਰਵੇ ਦੀ ਵਿਸ਼ੇਸ਼ ਜਾਣਕਾਰੀ ਸੀ ਤੇ ਨਿਲਾਮੀ ਵਿੱਚ ਹਿੱਸਾ ਲੈਣ ਅਤੇ ਲਗਭਗ ਰਾਖਮੀ ਕੀਤੀ ਤੇ ਉਕਤ ਪਲਾਟ ਹਾਸਲ ਕੀਤੇ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਹੋਇਆ ਸੀ ਕਦਾਸੀ ਇਹ ਕਿ ਇਹ ਪੂਰਾ ਮਾਮਲਾ 200 ਜਿਹੜਾ ਹੈ ਉਹ 21 ਦਾ ਦੱਸਿਆ ਜਾ ਰਿਹਾ ਹੈ ਕਿ ਘੱਟ ਰੇਟ ਦਿਖਾ ਕੇ ਜ਼ਮੀਨਾਂ ਖਰੀਦੀਆਂ ਗਈਆਂ ਸੀ ਤੇ ਵਪਾਰਕ ਜਿਹੜੀਆਂ ਜ਼ਮੀਨਾਂ ਸੀ ਉਹਨਾਂ ਨੂੰ ਪਲਾਟਸ ਜਿਹੜੇ ਸੀ ਉਹਨਾਂ ਨੂੰ ਰਿਹਾਇਸ਼ੀ ਪਲਾਟ ਦੱਸ ਕੇ ਵੇਚਣ ਦਾ ਮਾਮਲਾ ਸੀ ਜਿਹੜਾ ਸਰਕਾਰ ਦਾ ਵਿੱਤ ਖਜ਼ਾਨਾ ਸੀ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਬਾਦਲ ਦੇ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਹੀ ਇਹ ਮਾਮਲਾ ਪੱਖਿਆ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਰਾਹਤ ਹੈ ਮਨਪ੍ਰੀਤ ਬਾਦਲ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਅੰਤਰੀਮ ਜ਼ਮਾਨਤ ਜਿਹੜੀ ਹੈ ਉਸ ਨੂੰ 15 ਫਰਵਰੀ ਤੱਕ ਜਿਹੜਾ ਹੈ ਉਹ ਵਾਦਾ ਦਿੱਤਾ ਗਿਆ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਤਾਂ ਹੁਣ ਕਹਿ ਸਕਦੇ ਆ ਕਿ ਮਨਪ੍ਰੀਤ ਬਾਦਲ ਦੀ ਮੁਸ਼ਕਿਲਾਂ ਜਿਹੜੀਆਂ ਉਹ ਥੋੜੀਆਂ ਜਿਹੀਆਂ ਕਟੀਆਂ ਹੈ ਜਿਸ ਤੇ ਵਿੱਚ ਹਾਈ ਕੋਰਟ ਦੇ ਵੱਲੋਂ ਮਨਪ੍ਰੀਤ ਬਾਦਲ ਨੂੰ ਰਾਹਤ ਜਿਹੜੀ ਹੈ ਉਹ ਦਿੱਤੀ ਹੈ ਰਾਹਤ ਜਿਹੜੀ ਹੈ ਜਾਰੀ ਰੱਖੀ ਹੈ ਤਾਂ ਵੱਡੀਆਂ ਤੇ ਹੋਰ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ